ਪੰਜ ਦਿਨਾਂ ਤੋਂ ਇੱਕ ਇਲਾਕੇ ਦੇ ਵਿੱਚ ਤੇਂਦੂਏ ਨੇ ਦਹਿਸ਼ਤ ਮਚਾ ਰੱਖੀ ਹੈ। ਦੱਸਦੀ ਹੈ ਕਿ ਜੰਗਲਾਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਵੀ ਇਸ ਤੇਂਦੂਏ ਨੂੰ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਸਾਰੀਆਂ ਕੋਸ਼ਿਸ਼ਾਂ ਇਸ ਦੇ ਅੱਗੇ ਵਿਅਰਥ ਸਾਬਿਤ ਹੋ ਰਹੀਆਂ ਨੇ। ਤਾਂ ਮਾਮਲਾ ਦੱਸ ਦਈਏ ਕਿ ਰਿਵਾੜੀ ਤੋਂ ਸਾਹਮਣੇ ਆਇਆ, ਜਿੱਥੇ ਕਿ ਇਲਾਕੇ ਦੇ ਵਿੱਚ ਕਰੀਬ ਪੰਜ ਦਿਨਾਂ ਤੋਂ ਤੇਂਦੂਏ ਨੇ ਦਹਿਸ਼ਤ ਮਚਾਈ ਹੋਈ ਹੈ, ਜਿੱਥੇ ਰੈਸਕਿਊ ਟੀਮ ਦੇ ਉੱਤੇ ਵੀ ਇਹ ਤੇਂਦੂਆ ਜ਼ਬਰਦਸਤ ਹਮਲਾ ਕਰ ਚੁੱਕਾ ਹੈ। ਉੱਥੇ ਹੀ ਇੱਕ ਕਿਸਾਨ ਨੂੰ ਵੀ ਇਸਨੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਹੈ। ਫਿਲਹਾਲ ਇਹ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਇੱਕ ਵਾਰ ਫਿਰ ਤੋਂ ਰਾਜਸਥਾਨ ਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਦੇਖੇ ਗਏ ਨੇ। ਸ਼ੱਕ ਇਹ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਇਹ ਤੇਂਦੂਆ ਰਾਜਸਥਾਨ ਦੇ ਵਿੱਚ ਵੀ ਦਾਖਲ ਹੋ ਗਿਆ ਹੋਵੇ, ਪਰ ਕਿਤੇ ਨਾ ਕਿਤੇ ਜੋ ਰੈਸਕਿਊ ਟੀਮਾਂ ਨੇ ਉਹ ਇਸਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਨੇ। ਅਤੇ ਹੁਣ ਇੱਕ ਵਾਰ ਫਿਰ ਤੋਂ ਇਸਦੀ ਤਸਵੀਰਾਂ ਸਾਹਮਣੇ ਆਈਆਂ ਨੇ। ਰਾਤ ਦੇ ਸਮੇਂ ਜਦੋਂ ਇੱਕ ਵਾਰ ਫਿਰ ਤੋਂ ਜਦੋਂ ਰੈਸਕਿਊ ਟੀਮ ਤੇਂਦੂਏ ਦਾ ਰੈਸਕਿਊ ਕਰਨ ਦੇ ਲਈ ਨਿਕਲੀ ਤਾਂ ਰਸਤੇ